ਹਾਂਜੀ ਕੰਬੋਜ ਰਗੜਦੀ ਇੱਕ ਹੋਰ ਨਵੀਂ ਵੀਡੀਓ ਵਿੱਚ ਤੁ ਆ ਦੱਸ ਬਗਤ ਕਰਦੇ ਹਾਂ ਤੇ ਪਹਿਲਾਂ ਗੱਲ ਕਰਦੇ ਹਾਂ ਸਿੰਘੇ ਬਾਰੇ ਹਾਂਜੀ ਤੁਹਾਨੂੰ ਪਤਾ ਹੀ ਆ ਕਿ ਪੰਜਾਬੀ ਆਰਟਿਸਟ ਵੀ ਬੋਲੀਵੁੱਡ ਵਿੱਚ ਕੰਮ ਕਰ ਰਹੇ ਨੇ ਤੇ ਜ਼ਿਆਦਾਤਰ ਪੰਜਾਬੀਆਂ ਵੱਲੋਂ ਬੋਲੀਵੁੱਡ ਵਿੱਚ ਕਾਮੇਡੀ ਰੋਲ ਕਿਤੇ ਜਾਂਦੇ ਨੇ ਤੇ ਇਸ ਦੇ ਰਿਲੇਟਿਡ ਹੀ ਹੁਣ ਸਿੰਘੇ ਵੱਲੋਂ ਇੰਸਟਾਗ੍ਰਾਮ ਉਤੇ ਇੱਕ ਸਟੋਰੀ ਸ਼ੇਅਰ ਕੀਤੀ ਗਈ ਹੈ ਤੇ ਲਿਖਿਆ ਗਿਆ ਹੈ ਮੈਂ ਬੋਲੀਵੁੱਡ ਵਿੱਚ ਜ਼ਰੂਰ ਜਾਊਂਗਾ ਪਰ ਆਪਣਾ ਮਜ਼ਾਕ ਬਣਾ ਕੇ ਨਹੀਂ ਤੇ ਇਸ ਦੇ ਨਾਲ ਸਿੰਘੇ ਦਾ ਕਹਿਣ ਦਾ ਮਤਲਬ ਇਹ ਹੈ ਕਿ ਮੈਂ ਵੀ ਬੋਲੀਵੁੱਡ ਵਿੱਚ ਜ਼ਰੂਰ ਜਾਊਂਗਾ ਪਰ ਉੱਥੇ ਕੋਈ ਕਾਮੇਡੀ ਰੋਲ ਨਹੀਂ ਕਰੂੰਗਾ ਤੇ ਅੱਗੇ ਵਧਦੇ ਹੋਏ ਗੱਲ ਕਰਦੇ ਹਾਂ ਇਹ ਕਿ ਦਲਜੀਤ ਪਾਜੀ ਵੱਲੋਂ ਬਹੁਤ ਸਾਰੇ ਲਾਈਵ ਸ਼ੋਅ ਸਲਾਏ ਜਾ ਰਹੇ ਨੇ ਤੇ ਸਾਰੇ ਹੀ ਲਾਈਵ ਸ਼ੋਅਸ ਸੋਲਡ ਆਊਟ ਚੱਲ ਰਹੇ ਨੇ ਤੇ ਇਹਨਾਂ ਲਾਈਵ ਸ਼ੋਅਸ ਤੋਂ ਇਲਾਵਾ ਪਿਛਲੇ ਮਹੀਨੇ ਹੀ ਦਲਜੀਤ ਪਾਜੀ ਦੀ ਜਟ ਐਂਡ ਜੁਲੀਅਟ 3 ਮੂਵੀ ਵੀ ਰਿਲੀਜ਼ ਹੋਈ ਸੀ ਤੇ ਜਦੋਂ ਦੀ ਇਹ ਮੂਵੀ ਰਿਲੀਜ਼ ਹੋਈ ਆ ਇਸ ਮੂਵੀ ਨੇ ਵੱਡੇ ਵੱਡੇ ਰਿਕਾਰਡ ਬਣਾਏ ਨੇ ਤੇ ਉੱਥੇ ਤੁਹਾਨੂੰ ਦੱਸ ਦਈਏ ਕਿ ਹੁਣ ਇਸ ਮੂਵੀ ਨੇ ਇੱਕ ਹੋਰ ਵੱਡਾ ਰਿਕਾਰਡ ਬਣਾ ਦਿੱਤਾ ਹੈ ਹਾਂਜੀ ਮੂਵੀ ਨੂੰ ਰਿਲੀਜ਼ ਹੋਏ ਨੂੰ ਹਜੇ 1 ਮਹੀਨਾ ਵੀ ਨਹੀਂ ਹੋਇਆ ਤੇ ਮਹੀਨੇ ਤੋਂ ਪਹਿਲਾਂ ਹੀ ਇਸ ਮੂਵੀ ਨੇ 104 ਕਰੋੜ ਦਾ ਮਾਰਕ ਪਾਰ ਕਰ ਲਿਆ ਤੇ ਇਸ ਮੂਵੀ ਦੀ ਵੱਡੀ ਸਕਸੈਸ ਤੋਂ ਬਾਅਦ ਹੁਣ ਦ ਅਨਾਉਂਸਮੈਂਟ ਕਰ ਦਿੱਤੀ ਗਈ ਹੈ ਜਿਸ ਮੂਵੀ ਦਾ ਨਾਮ ਹੈ ਸਰਦਾਰ ਜੀ 3 ਤੇ ਇਹ ਮੂਵੀ ਅਗਲੇ ਸਾਲ ਜੂਨ ਮਹੀਨੇ ਵਿੱਚ ਹੀ ਰਿਲੀਜ਼ ਹੋਣੀ ਹੈ ਅੱਗੇ ਵਧਦੇ ਹੋਏ ਗੱਲ ਕਰਦੇ ਆ ਕਰਨਾਉ ਜਿਲਾ ਬਾਰੇ ਤਾਂ ਤੁਹਾਨੂੰ ਪਤਾ ਹੀ ਹੈ ਕਿ ਇਸ ਸਾਲ ਕਰਨਾਉ ਬਾਈ ਵੱਲੋਂ ਵਰਲਡ ਟੂਰ ਲਾਇਆ ਜਾਣ ਵਾਲਾ ਹੈ ਤੇ ਅੱਜ ਤੋਂ ਇੱਕ ਦੋ ਦਿਨ ਪਹਿਲਾਂ ਹੀ ਕਰਨਾਉ ਜਿਲਾ ਵੱਲੋਂ ਨਿਊਜ਼ੀਲੈਂਡ ਆਸਟ੍ਰੇਲੀਆ ਤੇ ਇੰਡੀਆ ਦੇ ਲਾਈਵ ਸ਼ੋਅਜ਼ ਦੀਆਂ ਡੇਟਸ ਤੇ ਪਲੇਸਿਸ ਅਨਾਉਂਸ ਕੀਤੀਆਂ ਗਈਆਂ ਸੀ ਤੇ ਸਾਰੇ ਪ੍ਰਾਕ ਕਰਨਾਉ ਬਾਈ ਦੇ ਇੰਡੀਆ ਟੂਰ ਦੀ ਬਹੁਤ ਜ਼ਿਆਦਾ ਵੇਟ ਕਰ ਰਹੇ ਨੇ ਤੇ ਉਦਾਂ ਹੀ ਕੱਲ 12 ਵਜੇ ਤੋਂ ਬਾਅਦ ਕਰਨਾਉ ਜਿਲਾ ਦੇ ਇੰਡੀਆ ਲਾਈਵ ਸ਼ੋਅਜ਼ ਦੀਆਂ ਟਿਕਟਸ ਵੀ ਮਿੰਟਾਂ ਦੇ ਵਿੱਚ ਹੀ ਇਹ ਸਾਰੀਆਂ ਟਿਕਟਸ ਸੋਲਡ ਆਊਟ ਹੋ ਗਈਆਂ ਸੀ ਜਿਸ ਤੋਂ ਬਾਅਦ ਵੈਬਸਾਈਟ ਉੱਤੇ ਥੋੜੀਆਂ ਹੋਰ ਟਿਕਟਸ ਅਵੇਲੇਬਲ ਕਰ ਦਿੱਤੀਆਂ ਗਈਆਂ ਤੇ ਤੁਸੀਂ ਵੈਬਸਾਈਟ ਉੱਤੇ ਜਾ ਕੇ ਖੁਦ ਚੈੱਕ ਕਰ ਸਕਦੇ ਹੋ ਅੱਗੇ ਵੱਧਦੇ ਹੋਏ ਗੱਲ ਕਰੀਏ ਤਾਂ ਤੁਹਾਨੂੰ ਪਤਾ ਹੀ ਹੈ ਕਿ ਇਸ ਮਹੀਨੇ ਦੇ ਸਟਾਰਟਿੰਗ ਵਿੱਚ ਹੀ ਕਰਨ ਔਜਲਾ ਦਾ ਪਹਿਲਾ ਬੋਲੀਵੁੱਡ ਟਰੈਕ ਰਿਲੀਜ਼ ਹੋਇਆ ਹੈ ਜਿਸ ਦਾ ਗਾਣੇ ਦਾ ਨਾਮ ਹੈ ਤੋਬਾ ਤੋਬਾ ਤੇ ਇਸ ਗਾਣੇ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ ਤੇ ਇਹ ਗਾਣਾ ਹਜੇ ਵੀ ਹਰ ਪਾਸੇ ਟ੍ਰੈਂਡ ਕਰ ਰਿਹਾ ਹੈ ਤੇ ਉੱਥੇ ਤੁਹਾਨੂੰ ਪਤਾ ਹੀ ਹੋਗਾ ਕਿ ਪਿਛਲੇ ਹਫ਼ਤੇ ਹੀ ਕੈਨੇਡੀਅਨ ਬਿਲਬੋਰਡ ਚਾਰਟ ਤੇ ਗਲੋਬਲ ਕਿ ਕੱਲ ਹੀ ਬਿਲਬੋਰਡ ਫਿਰ ਤੋਂ ਅਪਡੇਟ ਹੋਇਆ ਏ ਤੇ ਤੋਬਾ ਤੋਬਾ ਗਾਣਾ ਕਨੇਡੀਅਨ ਬਿਲਬੋਰਡ ਚਾਰਟ ਉੱਤੇ 45 ਨੰਬਰ ਤੇ ਏ ਤੇ ਬਿਲਬੋਰਡ ਗਲੋਬਲ ਚਾਰਟ ਉੱਤੇ 68 ਨੰਬਰ ਤੇ ਪਹੁੰਚ ਚੁੱਕਿਆ ਏ ਇਸ ਤੋਂ ਇਲਾਵਾ YouTube ਉੱਤੇ ਵੀ ਤੋਬਾ ਤੋਬਾ ਗਾਣੇ ਨੂੰ 100 ਮਿਲੀਅਨ ਦੇ ਕਰੀਬ ਵਿਊਜ਼ ਹੋ ਚੁੱਕੇ ਨੇ ਤੇ ਅੱਜ ਇਸ ਗਾਣੇ ਉੱਤੇ 100 ਮਿਲੀਅਨ ਵਿਊਜ਼ ਵੀ ਕਰਾਸ ਹੋ ਜਾਣਗੇ ਤੇ ਲਾਸਟ ਤੇ ਗੱਲ ਕਰਦੇ ਆਂ ਕਰਨ ਜ਼ਿਲ੍ਹੇ ਦੇ ਨਵੇਂ ਗਾਣੇ ਬਾਰੇ ਹਾਂਜੀ ਤੁਹਾਨੂੰ ਪਤਾ ਹੀ ਏ ਕਿ ਅੱਜ ਤੋਂ ਕੁਝ ਦਿਨ ਪਹਿਲਾਂ ਹੀ ਕਰਨ ਬਾਈ ਦੇ ਹੂ ਦੇ ਗਾਣੇ ਦੀ ਵੀਡੀਓ ਰਿਲੀਜ਼ ਹੋਈ ਏ ਜਿਸ ਗਾਣੇ ਉੱਤੇ 8.5 ਕੀ ਕੁਝ ਕੀਤਾ ਗਿਆ ਇਹ ਸਾਰੀਆਂ ਕਲਿੱਪਸ ਉਹਦੇ ਗਾਣੇ ਦੀ ਵੀਡੀਓ ਵਿੱਚ ਐਡ ਕੀਤੀਆਂ ਗਈਆਂ ਨੇ ਤੇ ਲਾਸਟ ਦੇ ਕਰਨ ਔਜਲਾ ਵੱਲੋਂ ਇੱਕ ਸਟੂਡੀਓ ਤੋਂ ਗਾਣਾ ਤਿਆਰ ਕਰਦੇ ਹੋਏ ਦੀ ਵੀਡੀਓ ਕਲਿੱਪ ਵੀ ਐਡ ਕੀਤੀ ਗਈ ਹੈ ਤੇ ਇਸ ਨੂੰ ਦੇਖ ਕੇ ਹੀ ਲੱਗ ਰਿਹਾ ਹੈ ਕਿ ਕਰਨ ਬਾਈ ਵੱਲੋਂ ਇੰਡੀਆ ਵਿੱਚ ਵੀ ਕੁਝ ਗਾਣੇ ਤਿਆਰ ਕੀਤੇ ਗਏ ਨੇ ਤੇ ਸ਼ਾਇਦ ਇਹ ਗਾਣਾ ਐਮਸੀ ਸਟੈਂਡ ਦੇ ਨਾਲ ਕਲਾਬ ਸੰਗ ਵੀ ਹੋ ਸਕਦਾ ਹੈ ਕਿਉਂਕਿ ਅੱਜ ਤੋਂ ਕੁਝ ਦਿਨ ਪਹਿਲਾਂ ਹੀ ਐਮਸੀ ਸਟੈਂਡ ਵੱਲੋਂ ਕਰਨ ਬਾਈ ਦੇ ਨਾਲ ਇੱਕ ਫੋਟੋ ਸ਼ੇਅਰ ਕਰਕੇ ਨਵੇਂ ਆਉਣ ਵਾਲੇ ਕਲਾਬ ਸੰਗ ਦੀ ਅਨਾਉਂਸਮੈਂਟ ਕੀਤੀ ਗਈ ਸੀ ਬਾਕੀ ਕੌਣ-ਕੌਣ ਵੇਟ ਕਰ ਰਿਹਾ ਹੈ ਕਰਨ ਊਜਲਾ ਦੇ ਨਵੇਂ ਗਾਣਿਆਂ ਦੀ ਕਮੈਂਟ ਵਿੱਚ ਜ਼ਰੂਰ ਦੱਸਿਓ ਤੇ ਕਰਨ ਬਾਈ ਲਾਈਵ ਬੋਲੇ ਆਪਣੀ ਨਵੀਂ ਆਉਣ ਵਾਲੀ ਐਲਬਮ ਬਾਰੇ ਜਿਹਦੇ ਵਿੱਚ ਹੋਣ ਵਾਲੇ ਨੇ 18 ਗਾਣੇ ਜਿਸ ਦਾ ਵੀਡੀਓ ਦਾ ਲਿੰਕ ਸਕਰੀਨ ਉੱਤੇ ਦਿੱਤਾ ਹੋਇਆ ਹੈ ਵੀਡੀਓ ਨੂੰ ਜ਼ਰੂਰ ਜਾ ਕੇ ਦੇਖਿਓ ਮ